ਕਿਸਾਨ ਦੋਸਤੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਦੋਸਤੋ, ਲੰਮੀ ਔੜ ਲੱਗ ਗਈ ਹੈ। ਪਿਛਲੇ ਸਿਸਟਮ ਧੋਖਾ ਦੇ ਕੇ ਗਏ, ਥੋੜ੍ਹੇ ਏਰੀਏ 'ਚ ਵਰਖਾ ਹੋਈ, ਜਿਹਦੇ ਕਰਕੇ ਔੜ ਇੱਕ ਲੰਮੀ ਹੋ ਗਈ ਹੈ। ਅਤੇ ਇਸ ਸਮੇਂ ਕਿਸਾਨਾਂ ਦੇ ਸਬਰ ਦਾ ਜਿਹੜਾ ਬੰਨ ਹੈਗਾ, ਉਹ ਵੀ ਗਰਮੀ ਨੇ ਤੋੜਨਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਖੇਤਾਂ ਦੇ ਵਿੱਚ ਪਾਣੀ ਨਹੀਂ ਖੜ ਰਿਹਾ। ਪਰੰਤੂ ਹਾਲਾਤ ਇਸ ਤਰੀਕੇ ਦੇ ਬਣੇ ਹੋਏ ਨੇ ਕਿ ਵਰਖਾ ਦੀ ਸੰਭਾਵਨਾ ਬਣਦੀ ਹੈ, ਲੇਕਿਨ ਸਿਸਟਮ ਮੌਕੇ ਤੇ ਆ ਕੇ ਫੇਲ ਹੋ ਜਾਂਦਾ ਹੈ। ਤਾਂ ਦੁਬਾਰਾ ਫਿਰ ਸਿਸਟਮ ਬਣਿਆ ਹੈ, ਵਰਖਾ ਹੋਣ ਦੀ ਸੰਭਾਵਨਾ ਫਿਰ ਬਣੀ ਹੈ। ਤੇ ਭਾਰਤੀ ਮੌਸਮ ਵਿਭਾਗ ਦਿੱਲੀ, ਸ਼ਿਮਲਾ, ਚੰਡੀਗੜ੍ਹ, ਜੈਪੁਰ ਅਤੇ ਪ੍ਰਾਈਵੇਟ ਮਾਡਲ ਕੀ ਪ੍ਰੋਡਕਟ ਕਰ ਰਹੇ ਨੇ, ਉਹ ਮੈਂ ਤੁਹਾਨੂੰ ਇੱਥੇ ਦੱਸਣ ਦੀ ਕੋਸ਼ਿਸ਼ ਕਰਦਾ ਹਾਂ। ਤੇ ਹਾਲਾਤ ਪਹਿਲਾਂ ਨਾਲੋਂ ਕੁਝ ਸੁਧਰੇ ਹੋਏ ਦਿਖਾਈ ਦੇ ਰਹੇ ਹੈ, ਨਾਲ ਪੱਛਮੀ ਡਿਸਟਰਬੈਂਸ ਤੁਹਾਡੀ ਸਹਾਇਤਾ ਕਰ ਰਿਹਾ ਹੈ। ਤੇ ਇਹਦੇ ਨਾਲ ਜੇਕਰ ਅਸੀਂ ਮੋਟਾ ਮੋਟਾ ਵਿੰਡੀ ਦਾ ਮਾਡਲ ਦੇਖਦੇ ਹਾਂ, ਤੇ ਅਗਲੇ 24 ਘੰਟੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਜਿਹੜੇ ਤਰਾਈ ਦੇ ਇਲਾਕੇ ਹੈ, ਜਿਹੜੇ ਉੱਤਰੀ ਹਿੱਸੇ ਹੈ, ਇਹਨਾਂ 'ਚ ਵਰਖਾ ਦੀ ਸੰਭਾਵਨਾ ਬਣੀ ਹੈ। ਜੇ ਮੈਂ 3 ਦਿਨਾਂ ਦਾ ਮਾਡਲ ਦੇਖਦਾ ਹਾਂ, ਤੇ ਅਗਲੇ 3 ਦਿਨ ਦੇ ਵਿੱਚ ਵੀ ਦੱਖਣ ਪੱਛਮ ਪੰਜਾਬ 'ਚ ਥੋੜ੍ਹੀ ਘੱਟ ਹੈ, ਬਾਕੀ ਏਰੀਏ 'ਚ ਵਰਖਾ ਦਿਖਾ ਰਿਹਾ ਹੈ। ਜੇ ਅਸੀਂ 5 ਦਿਨ ਦਾ ਮਾਡਲ ਦੇਖਦੇ ਹਾਂ, ਤਾਂ ਇਹ ਕਾਫੀ ਏਰੀਆ ਵਰਖਾ ਕਵਰ ਕਰਦੀ ਹੈ। 10 ਦਿਨ ਵਾਲੇ 'ਚ ਵੀ ਹਾਲਾਤ ਚੰਗੇ ਦਿਖਾਈ ਦੇ ਰਹੇ ਹੈ। ਕਹਿਣ ਦਾ ਮਤਲਬ ਇਹ ਕਿ ਵਿੰਡੀ ਦਾ ਮਾਡਲ ਇਹ ਸ਼ੋਅ ਕਰਦਾ ਹੈਗਾ ਹੈ ਕਿ ਕੱਲ੍ਹ ਤੋਂ ਹਾਲਾਤ ਬਦਲਣੇ ਸ਼ੁਰੂ ਹੋਣਗੇ, ਅਤੇ ਅਗਲੇ ਜਿਹੜੇ 10 ਦਿਨ ਹੈ, ਇਹ 10 ਦਿਨ ਦਾ ਮਾਡਲ ਇਹਨਾਂ ਦਾ, 10 ਦਿਨ ਦੇ ਵਿੱਚ ਕਈ ਸਾਰੇ ਏਰੀਏ ਦੇ ਵਿੱਚ ਵਰਖਾ ਅਲੱਗ ਅਲੱਗ ਹੋ ਸਕਦੀ ਹੈ। ਸ਼ੁਰੂਆਤੀ ਵਰਖਾ ਟੁਕੜਿਆਂ 'ਚ ਹੋਏਗੀ, ਫਿਰ ਹੌਲੀ ਹੌਲੀ ਕਾਫੀ ਏਰੀਆ ਕਵਰ ਕਰ ਸਕਦੀ ਹੈ, ਇਹ ਇਹਨਾਂ ਦੀ ਸੰਭਾਵਨਾ ਹੈ। ਜੇਕਰ ਗੱਲ ਮੈਂ ਕਰਾਂ ਭਾਰਤੀ ਮੌਸਮ ਵਿਭਾਗ ਦੀ, ਭਾਰਤੀ ਮੌਸਮ ਵਿਭਾਗ ਦਿੱਲੀ ਵਾਲਿਆਂ ਦਾ ਕੀ ਕਹਿਣਾ ਹੈ? ਦਿੱਲੀ ਵਾਲੇ ਇਹ ਕਹਿ ਰਹੇ ਹੈ ਕਿ ਪੰਜਾਬ ਦੇ ਵਿੱਚ 22 ਤਰੀਕ ਤੋਂ ਵਰਖਾ ਸ਼ੁਰੂ ਹੋ ਸਕਦੀ ਹੈ, 23 ਤਰੀਕ ਨੂੰ 50 ਤੋਂ 75% ਏਰੀਆ ਕਵਰ ਕਰ ਸਕਦੀ ਹੈ, ਮਤਲਬ ਕਿ 25 ਤੋਂ 50% ਏਰੀਆ ਖੁਸ਼ਕ ਵੀ ਰਹਿ ਸਕਦਾ ਹੈ। ਇਸ ਤੋਂ ਬਾਅਦ 'ਚ ਵੀ ਜਿਹੜਾ ਹੈਗਾ 25, 26, 27 ਇਹਨਾਂ ਦਿਨਾਂ ਸੰਭਾਵਨਾ ਰਹੇਗੀ, ਭਾਵੇਂ ਕਿ ਸੰਭਾਵਨਾ ਘੱਟ ਹੈ, ਲੇਕਿਨ ਸੰਭਾਵਨਾ ਰਹੇਗੀ। ਹਰਿਆਣਾ, ਚੰਡੀਗੜ੍ਹ, ਦਿੱਲੀ ਦੇ ਵਿੱਚ ਪੰਜਾਬ ਨਾਲੋਂ ਵਰਖਾ ਦੀ ਸੰਭਾਵਨਾ ਜ਼ਿਆਦਾ ਦੱਸੀ ਹੋਈ ਹੈ, ਕਿਉਂਕਿ ਜਿਹੜਾ ਇੱਕ ਲੋਅ ਪ੍ਰੈਸ਼ਰ ਏਰੀਆ ਹੈ ਉਹ ਦਿੱਲੀ ਤੱਕ ਤਾਂ ਆ ਹੀ ਰਿਹਾ ਹੈ, ਅਤੇ ਜੇਕਰ ਉਹ ਅੱਗੇ ਵੀ ਵੱਧਦਾ ਹੈ, ਕਿਉਂਕਿ ਅੱਜ ਤੋਂ 2 ਸਾਲ ਪਹਿਲਾਂ ਲੋਅ ਪ੍ਰੈਸ਼ਰ ਏਰੀਆ ਉਹ ਪੰਜਾਬ ਤੱਕ ਆ ਗਿਆ ਸੀਗਾ, ਅਤੇ ਇਹ ਉਸ ਦੇ ਉੱਪਰ ਡਿਪੈਂਡ ਕਰਦਾ ਕਿੱਧਰ ਨੂੰ ਜਾਂਦਾ ਹੈ, ਤਾਂ ਉਹਦੇ ਨਾਲ ਹਾਲਾਤ ਬਦਲ ਸਕਦੇ ਹੈ। ਪੱਛਮੀ ਰਾਜਸਥਾਨ ਦੇ ਵਿੱਚ ਵੀ 23-24 ਨੂੰ ਚੰਗੀ ਵਰਖਾ ਹੋਣ ਦੀ ਸੰਭਾਵਨਾ ਹੈਗੀ ਹੈ, ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਵਰਖਾ ਹੋ ਸਕਦੀ ਹੈ, ਉੱਤਰਾਖੰਡ ਦੇ ਵਧੀਆ ਵਰਖਾ ਹੋ ਸਕਦੀ ਹੈ, ਹਿਮਾਚਲ ਦੇ ਵਿੱਚ ਵਰਖਾ ਹੋ ਸਕਦੀ ਹੈ, ਇਹ ਇਹਨਾਂ ਦੇ ਮਾਡਲ ਸ਼ੋਅ ਕਰ ਰਹੇ ਹੈ। ਭਾਰਤੀ ਮੌਸਮ ਵਿਭਾਗ ਦੇ ਇੱਕ ਮਾਡਲ ਨੂੰ ਚੈੱਕ ਕਰ ਲਈਏ, ਤਾਂ ਇਹ ਦਿਖਾ ਰਿਹਾ ਹੈ ਕਿ 22 ਤਰੀਕ ਨੂੰ ਉੱਤਰੀ ਜ਼ਿਲ੍ਹੇ ਜਿਹੜੇ ਹੈਗੇ ਹੈ, ਅੰਮ੍ਰਿਤਸਰ ਤੋਂ ਉੱਪਰਲੇ ਪਾਸੋਂ ਲੈ ਕੇ, ਪਟਿਆਲਾ ਤੋਂ ਲੈ ਕੇ ਕਰਨਾਲ ਤੱਕ ਇੱਕ ਲਾਈਨ ਖਿੱਚ ਦੀ ਆਪਾਂ, ਅਤੇ ਉੱਪਰਲੇ ਪਾਸੇ ਨੂੰ ਕਾਰਵਾਈ ਹੋਣ ਦੀ ਸੰਭਾਵਨਾ ਹੈ, ਅਤੇ ਇਹ ਅੱਗੇ ਜਾਂਦੇ ਹੈ ਕਿ 23 ਤਰੀਕ ਨੂੰ ਇਹ ਕਾਰਵਾਈ ਫਿਰ ਹੋਰ ਵੱਧਦੀ ਹੈ। ਭਾਵੇਂ ਕਿ ਕਈ ਸਾਰੇ ਮਾਡਲ ਇਹ ਦਿਖਾ ਰਹੇ ਕਿ 23 ਤਰੀਕ ਨੂੰ ਤਾਂ ਗੰਗਾਨਗਰ ਵਾਲੇ ਪਾਸੋਂ ਸਿਸਟਮ ਜਿਹੜਾ ਹੈਗਾ, ਫਾਜ਼ਿਲਕਾ, ਬਠਿੰਡਾ, ਇਸ ਏਰੀਏ ਨੂੰ ਕਵਰ ਕਰਦਾ ਹੋਇਆ ਕਾਫੀ ਏਰੀਆ ਕਵਰ ਕਰ ਸਕਦਾ ਹੈ, ਪਰੰਤੂ ਅਲੱਗ ਅਲੱਗ ਮਾਡਲ ਅਲੱਗ ਅਲੱਗ ਪ੍ਰੋਡਕਟ ਕਰ ਰਹੇ ਹੈ। 24 ਤਰੀਕ ਨੂੰ ਤਾਂ ਦੇਖੋ ਇਹ ਦਿਖਾ ਰਿਹਾ ਕਿ ਇਹ ਜਿਹੜਾ ਰੈੱਡ ਵਾਲਾ ਸਰਕਲ ਹੈ, ਜੇ ਇਸੇ ਤਰੀਕੇ ਨਾਲ ਰੱਬ ਕਰੇ ਹੋ ਜਾਵੇ ਤਾਂ ਚੰਗੇ ਹਾਲਾਤ ਬਣ ਸਕਦੇ ਹੈ, ਤਾਂ ਇੱਕ ਸੰਭਾਵਨਾ ਫਿਰ ਬਣੀ ਹੈ। ਮੈਂ ਪਹਿਲਾਂ ਕਹਿ ਰਿਹਾ ਕਿ ਪਹਿਲਾਂ ਇਹ 2 ਮਾਡਲ ਫੇਲ ਹੋ ਚੁੱਕੇ ਹੈ, 2 ਵਾਰੀ ਜਿਹੜਾ ਹੈਗਾ ਵਰਖਾ ਘਟੀ ਹੈ, ਲੇਕਿਨ ਹੁਣ ਜਿੰਨੇ ਵੀ ਮਾਡਲ ਹੈਗੇ ਹੈ ਉਹ ਇਹੀ ਸ਼ੋਅ ਕਰ ਰਹੇ ਹੈ ਕਿ ਦਿਨ ਬਦਲਣਗੇ। ਅਗਲੇ ਜਿਹੜੇ ਹੈਗੇ ਆ 10 ਦਿਨ, 10 ਦਿਨ ਦੇ ਵਿੱਚ ਅਲੱਗ ਅਲੱਗ ਥਾਵਾਂ ਦੇ ਉੱਪਰ ਵਰਖਾ ਹੋਣ ਦੀ ਸੰਭਾਵਨਾ ਬਣੀ ਰਹੇਗੀ। ਵਰਖਾ ਜਿਹੜੀ ਹੈਗੀ ਹੈ 22 ਤੋਂ ਹੀ ਅਲੱਗ ਅਲੱਗ ਹਿੱਸਿਆਂ 'ਚ ਚਾਲੂ ਹੋ ਸਕਦੀ ਹੈ। ਸਭ ਤੋਂ ਪਹਿਲਾਂ ਹਿਮਾਚਲ ਦੀ ਗੱਲ ਕਰ ਲਈਏ, ਹਿਮਾਚਲ ਦੇ ਵਿੱਚ ਇਹਨਾਂ ਦਾ ਕਹਿਣਾ ਹੈ ਕਿ 22, 23, 24 ਨੂੰ 50 ਤੋਂ 75% ਹਿੱਸੇ ਵਰਖਾ ਹੋ ਸਕਦੀ ਹੈ, 25, 26, 27 ਨੂੰ ਲਗਭਗ 75 ਤੋਂ 100% ਹਿੱਸੇ ਵਿੱਚ ਵਰਖਾ ਹੋ ਸਕਦੀ ਹੈ,
ਲੋਅ ਹਿੱਲ ਅਤੇ ਮਿਡਲ ਹਿੱਲ ਦੇ ਵਿੱਚ, ਠੀਕ ਹੈ। ਅਤੇ ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਇਸ ਸਮੇਂ ਹਿਮਾਚਲ ਦੇ ਵਿੱਚ ਇੱਕ ਦੋ ਥਾਵਾਂ 'ਤੇ ਭਾਰੀ ਤੋਂ ਅਤਿ ਭਾਰੀ ਵਰਖਾ ਵੀ ਹੋ ਸਕਦੀ ਹੈ, ਇਹ ਇਹਨਾਂ ਨੇ ਹਿਮਾਚਲ ਦੇ ਲਈ ਕਿਹਾ ਹੈ। ਜੇ ਮੈਂ ਗੱਲ ਕਰਾਂ ਪੰਜਾਬ ਦੀ, ਪੰਜਾਬ ਦੇ ਵਿੱਚ 22 ਤਰੀਕ ਨੂੰ ਉੱਤਰੀ ਹਿੱਸਿਆਂ ਸ਼ੁਰੂ ਹੋ ਕੇ ਹੌਲੀ ਹੌਲੀ ਜਿਹੜਾ ਹੈਗਾ ਅੱਗੇ ਨੂੰ ਫੈਲੇਗਾ, ਅਤੇ ਇਹ ਵਰਖਾ ਜਿਹੜੀ ਹੈਗੀ ਹੈ ਇਹ 22 ਤੋਂ ਬਾਅਦ 23 ਨੂੰ ਕਾਫੀ ਏਰੀਆ ਕਵਰ ਕਰ ਸਕਦੀ ਹੈ, 23, 24, 25 ਇਸ ਤਰ੍ਹਾਂ ਅਲੱਗ ਅਲੱਗ ਏਰੀਆ ਇਹ ਵਰਖਾ ਕਵਰ ਕਰ ਸਕਦੀ ਹੈ। ਫਿਰ ਵੀ ਜਿਹੜੇ ਸਾਡੇ ਆਹ ਜ਼ਿਲ੍ਹੇ ਨੇ, ਖਾਸ ਤੌਰ 'ਤੇ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ ਜਾਂ ਆਪਣੇ ਮਾਨਸਾ, ਬਰਨਾਲਾ, ਇਹਨਾਂ ਜ਼ਿਲ੍ਹਿਆਂ ਦੇ ਵਿੱਚ ਇਹਦੇ ਨਾਲ ਨਾਲ ਆਪਣਾ ਤਰਨ ਤਾਰਨ, ਜਲੰਧਰ, ਕਪੂਰਥਲਾ, ਸ਼੍ਰੀ ਅੰਮ੍ਰਿਤਸਰ ਸਾਹਿਬ, ਗੁਰਦਾਸਪੁਰ, ਪਠਾਨਕੋਟ 23 ਤਰੀਕ ਨੂੰ ਕਾਫੀ ਸੰਭਾਵਨਾ ਰਹੇਗੀ ਕਿ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵਰਖਾ ਏਰੀਆ ਕਵਰ ਕਰ ਸਕਦੀ ਹੈ। ਇਹ ਨਹੀਂ ਕਿ ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਜਿਹੜੇ ਬਾਕੀ ਜ਼ਿਲ੍ਹੇ ਰਹਿ ਗਏ ਜਿਹਨਾਂ ਨਾਮ ਨਹੀਂ ਲਏ, ਜਿਵੇਂ ਲੁਧਿਆਣਾ, ਸੰਗਰੂਰ, ਮਲੇਰਕੋਟਲਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐਸ ਐਸ ਨਗਰ, ਇੱਥੇ ਵਰਖਾ ਦੀ ਸੰਭਾਵਨਾ ਨਹੀਂ ਹੈਗੀ, ਸੰਭਾਵਨਾ ਇੱਥੇ ਵੀ ਬਣੀ ਹੋਈ ਹੈ। ਅਤੇ ਉਮੀਦ ਹੈ ਕਿ ਪਰਮਾਤਮਾ ਕਿਰਪਾ ਕਰਨਗੇ ਅਤੇ ਆਉਣ ਵਾਲੇ ਦਿਨਾਂ 'ਚ ਵਰਖਾ ਹੋਵੇਗੀ। ਦੇਖੋ ਗੱਲ ਮੈਂ ਫਿਰ ਇਹੀ ਕਹਿੰਦਾ ਕਿ ਸਿਸਟਮ ਆਉਂਦਾ ਹੈ, ਪਰੰਤੂ ਉਸਨੂੰ ਬੈਕਅਪ ਨਾ ਮਿਲਣ ਕਰਕੇ ਸਿਸਟਮ ਜਿਹੜਾ ਹੈਗਾ ਕੱਚਾ ਨਿਕਲ ਜਾਂਦਾ ਹੈ, ਟੁਕੜਿਆਂ 'ਚ ਵਰਖਾ ਕਰਕੇ ਨਿਕਲ ਜਾਂਦਾ ਹੈ। ਜੇ ਇਹ ਸਿਸਟਮ ਨੂੰ ਬੈਕਅਪ ਮਿਲਿਆ ਤਾਂ ਫਿਰ ਪਠਾਨਕੋਟ, ਸ਼੍ਰੀ ਅੰਮ੍ਰਿਤਸਰ ਸਾਹਿਬ, ਹੁਸ਼ਿਆਰਪੁਰ, ਨਵਾਂਸ਼ਹਿਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ਼੍ਰੀ ਮੁਕਤਸਰ ਸਾਹਿਬ, ਇਹ ਜਿਹੜੇ ਜ਼ਿਲ੍ਹੇ ਹੈਗੇ ਆ, ਇਹਦੇ ਨਾਲ ਨਾਲ ਸੰਗਰੂਰ, ਰੂਪਨਗਰ, ਪਟਿਆਲਾ, ਹੋ ਸਕਦਾ ਹੈ ਕਿ ਚੰਗੀਆਂ ਛੁੱਟੀਆਂ ਲੱਗ ਜਾਣ ਇਹਨਾਂ ਜ਼ਿਲ੍ਹਿਆਂ 'ਚ ਵਰਖਾ ਦੀਆਂ। ਜਿਹੜਾ ਤੁਸੀਂ ਇੱਕ ਮੀਂਹ ਮੰਗਦੇ ਹੋ ਕਿ ਉਹੋ ਜਿਹਾ ਮੀਂਹ ਆ ਜਾਵੇ, ਤਾਂ ਚੰਗੀ ਝੁੱਟੀ ਵੀ ਲੱਗ ਸਕਦੀ ਹੈ। ਜੇ ਮੈਂ ਚੰਡੀਗੜ੍ਹ ਵਾਲਿਆਂ ਦੇ ਪੜ੍ਹਾਂ ਤਾਂ ਇਹ ਤਾਂ ਭਾਰੀ ਮੀਂਹ ਕਹਿ ਰਹੇ ਹੈ, ਠੀਕ ਹੈ, ਤਾਂ ਇਹ ਇਹਨਾਂ ਦੇ ਅਨੁਸਾਰ ਹੈ, ਕਿਉਂਕਿ ਇਸ ਸਮੇਂ 'ਤੇ ਪੜ੍ਹਨ ਤੋਂ ਵੀ ਇਹ ਡਰ ਲੱਗਦਾ ਹੈ, ਕਿਉਂਕਿ ਇਹ ਜਿਹੜਾ ਸਿਸਟਮ ਮੌਕੇ 'ਤੇ ਆਉਂਦਾ ਆਉਂਦਾ ਬਦਲ ਜਾਂਦਾ ਹੈ, ਤਾਂ ਉਸ ਸਮੇਂ ਕੀ ਹੈ ਕਿ ਇਹਨੂੰ ਕੀ ਕਿਹਾ ਜਾਵੇ। ਤਾਂ ਅੱਗੇ ਦੇਖੀਏ ਆਪਾਂ, ਹਰਿਆਣੇ ਦੇ ਵਿੱਚ ਵੀ ਇਹਨਾਂ ਦਿਨਾਂ ਦੇ ਵਿੱਚ ਵਰਖਾ ਵਧੀਆ ਹੋ ਸਕਦੀ ਹੈ, ਅਤੇ ਮੁੱਖ ਵਰਖਾ 22 ਜਾਂ 23 ਤਰੀਕ ਦੇ ਨੇੜੇ ਹੋਏਗੀ। ਮਹਿੰਦਰਗੜ੍ਹ, ਰਵਾਰੀ, ਜੱਜਰ, ਗੁਰੂਗ੍ਰਾਮ, ਮਵਾਤ, ਪਲਵਲ, ਫਰੀਦਾਬਾਦ, ਰੋਹਤਕ, ਸੋਨੀਪਤ, ਪਾਣੀਪਤ, ਇਹਨਾਂ ਜ਼ਿਲ੍ਹਿਆਂ 'ਚ ਚੰਗੀ ਖਾਸੀ ਵਰਖਾ ਹੋ ਸਕਦੀ ਹੈ। ਸਿਰਸਾ, ਫਤਿਹਾਬਾਦ, ਸਾਹ, ਜੀਂਦ, ਬਵਾਨੀ, ਚਰਖੀ ਦਾਦਰੀ 23 ਤਰੀਕ ਨੂੰ ਇਹ ਵੀ ਮੀਂਹ ਵਧੀਆ ਦੇਖਣਗੇ। ਅਤੇ ਜਿਹੜੇ ਆਹ ਜ਼ਿਲ੍ਹੇ ਨੇ, ਕਰਨਾਲ, ਕੈਥਲ, ਕੁਰੂਕਸ਼ੇਤਰ, ਯਮੁਨਾਨਗਰ, ਅੰਬਾਲਾ, ਪੰਚਕੂਲਾ, ਇੱਥੇ ਵੀ ਵਰਖਾ ਵਧੀਆ ਦੇਖਣ ਨੂੰ ਮਿਲ ਸਕਦੀ ਹੈ। ਚੰਡੀਗੜ੍ਹ ਦੇ ਵਿੱਚ ਵੀ ਵਰਖਾ ਹੋ ਸਕਦੀ ਹੈ, ਠੀਕ ਹੈ, ਤਾਂ ਚੰਡੀਗੜ੍ਹ 'ਚ ਗੜ ਚਮਕਦੀ ਵਾਰ ਨਹੀਂ ਗਏ। ਹਰਿਆਣਾ ਦੇ ਵਿੱਚ ਵੀ ਜੇ ਸਿਸਟਮ ਇਸੇ ਤਰੀਕੇ ਨਾਲ ਅੱਗੇ ਵੱਧਦਾ ਗਿਆ, ਅੰਬਾਲਾ, ਯਮੁਨਾਨਗਰ, ਇਹਨਾਂ ਦੇ ਵਿੱਚ ਇਹਦੇ ਨਾਲ ਮਹਿੰਦਰਗੜ੍ਹ, ਰਵਾੜੀ, ਝੱਜਰ, ਗੁਰੂਗ੍ਰਾਮ, ਮੇਵਾਤ, ਪਲਵਲ, ਸੋਨੀਪਤ, ਪਾਣੀਪਤ, ਸਿਰਸਾ, ਫਤਿਹਾਬਾਦ, ਹਿਸਾਰ, ਭਿਵਾਨੀ, ਚਰਖੀ ਦਾਦਰੀ, ਉਸ ਜਗ੍ਹਾ 'ਤੇ ਚੰਗੀ ਵਰਖਾ ਵੀ ਹੋ ਸਕਦੀ, ਭਾਰੀ ਵਰਖਾ ਵੀ ਹੋ ਸਕਦੀ ਹੈ। ਦੇਖੋ ਇਹ ਵਰਖਾ, ਭਾਰੀ ਵਰਖਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਇਹ ਨਹੀਂ ਕਿ ਇਹ 100% ਹੋਏਗੀ, ਕਿਉਂਕਿ ਲੋਅ ਪ੍ਰੈਸ਼ਰ ਏਰੀਆ ਦੇ ਉੱਪਰ ਇਹ ਡਿਪੈਂਡ ਕਰੇਗਾ ਕਿ ਇਹ ਵਾਲਾ ਜਿਹੜਾ ਹੈਗਾ ਇਹ ਕਿੱਧਰ ਨੂੰ ਜਾਂਦਾ ਹੈ, ਠੀਕ ਹੈ। ਲੇਕਿਨ ਇਹ ਨਹੀਂ ਹੈਗਾ ਕਿ ਇਹ ਵਰਖਾ ਨਹੀਂ ਕਰੇਗਾ, ਵਰਖਾ ਇਹ ਕਰ ਸਕਦਾ, ਉਮੀਦ ਕਾਫੀ ਹੈ ਕਿ ਵਰਖਾ ਹੋ ਸਕਦੀ ਹੈ। ਮੌਕੇ 'ਤੇ ਆ ਕੇ ਸਿਸਟਮ ਜਵਾਬ ਦਿੰਦਾ ਨਹੀਂ ਦਿੰਦਾ, ਉਹ ਮੌਕੇ ਦੀ ਗੱਲ ਹੈ। ਗੱਲ ਕਰੀਏ ਰਾਜਸਥਾਨ ਦੀ, ਰਾਜਸਥਾਨ ਦੇ ਵਿੱਚ ਚੰਗੇ ਮੀਂਹ ਪੈ ਚੁੱਕੇ ਹੈ, ਫਿਰ ਉੱਥੇ ਵੀ ਉਹੀ ਗੱਲ ਹੈ ਕਿ ਕਰਨਪੁਰੋਂ 54 ਪਤਾਨੇ ਵਾਲੇ ਤੋਂ ਵੀਰ ਦਾ ਫੋਨ ਆਇਆ ਕਹਿ ਰਿਹਾ ਕਿ ਮੀਂਹ ਨਹੀਂ ਪਿਆ, ਜਦੋਂ ਕਿ ਜਿਹੜਾ ਹੈਗਾ 10 FF ਦੇ ਵਿੱਚ ਜਿਹੜਾ ਹੈਗਾ ਚੰਗਾ ਮੀਂਹ ਪੈ ਗਿਆ। ਤਾਂ ਫਿਰ ਵੀ 23-24 ਨੂੰ ਕਈ ਸਥਾਨਾਂ 'ਤੇ ਚੰਗੀ ਵਰਖਾ ਹੋਣ ਦੀ ਸੰਭਾਵਨਾ ਭਾਰਤੀ ਮੌਸਮ ਵਿਭਾਗ ਜੈਪੁਰ ਕੇਂਦਰ ਪ੍ਰਗਟ ਕਰ ਰਿਹਾ ਹੈ। ਭਾਵੇਂ ਕਿ ਪੂਰਬੀ ਰਾਜਸਥਾਨ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ, ਕਈ ਥਾਵਾਂ ਦੇ ਉੱਪਰ ਜਿਹੜੇ ਹੈਗੇ ਅਲਰਟ ਜਾਰੀ ਹੋਏ ਆ, ਪਰੰਤੂ ਸ਼੍ਰੀ ਗੰਗਾਨਗਰ, ਪਾਲੀ, ਨਗੌਰ, ਜੋਧਪੁਰ, ਜਲੌਰ, ਜੈਸਲਮੇਰ, ਹਨੂਮਾਨਗੜ੍ਹ,
ਇਸ ਏਰੀਏ ਦੇ ਵਿੱਚ ਵਰਖਾ ਦੀ ਸੰਭਾਵਨਾ ਰਹੇਗੀ। ਜੇ ਪਰਮਾਤਮਾ ਨੇ ਸਾਥ ਦਿੱਤਾ, ਸਿਸਟਮ ਇਸੇ ਤਰੀਕੇ ਨਾਲ ਚੱਲਦਾ ਰਿਹਾ, ਤਾਂ ਫਿਰ ਇੱਥੇ ਵੀ ਚੰਗੀ ਖਾਸੀ ਵਰਖਾ ਹੋ ਸਕਦੀ ਹੈ। ਗੱਲ ਕਰਦੇ ਹਾਂ ਜੰਮੂ ਦੀ, ਜੰਮੂ ਦੇ ਵਿੱਚ ਵੀ ਇਸ ਸਮੇਂ ਚੰਗੀ ਵਰਖਾ ਹੋ ਸਕਦੀ ਹੈ। ਯੂਪੀ ਦੇ ਵਿੱਚ ਤਰਾਈ ਦੇ ਇਲਾਕੇ 'ਚ ਵਰਖਾ ਹੋਈ ਹੈ, ਪਰੰਤੂ ਹੁਣ ਜਿਹੜਾ ਹੈਗਾ ਯੂਪੀ ਦੇ ਵਿੱਚ, ਪੱਛਮੀ ਯੂਪੀ ਦੇ ਵਿੱਚ ਵੀ ਅਗਲੇ 2-3 ਦਿਨ ਦੇ ਵਿੱਚ ਚੰਗੀ ਵਰਖਾ ਹੋਣ ਦੀ ਸੰਭਾਵਨਾ ਹੈ। ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਤਾਂ ਯੂਪੀ ਦੇ ਵਿੱਚ ਵੀ ਚੰਗੀਆਂ ਛੁੱਟੀਆਂ ਲੱਗ ਸਕਦੀਆਂ। ਪਹਿਲਾਂ ਤਰਾਈ ਦਾ ਇਲਾਕਾ, ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਕਿ ਕਾਫੀ ਏਰੀਆ ਯੂਪੀ ਦਾ ਜਿਹੜਾ ਹੈਗਾ ਵਰਖਾ ਕਵਰ ਕਰ ਸਕਦੀ ਹੈ। ਅਤੇ ਕੁੱਲ ਮਿਲਾ ਕੇ ਵਾਰ ਵਾਰ ਇੱਕੋ ਹੀ ਗੱਲ ਕਹਿਣੀ ਪੈ ਰਹੀ ਹੈ ਕਿ ਦੇਖੋ ਜੀ, ਸਿਸਟਮ ਜਿਹੜਾ ਹੈਗਾ ਉਹ ਬਣਿਆ ਹੋਇਆ ਹੈ, ਜੋ ਇਹਨਾਂ ਨੇ ਦੱਸਿਆ ਤੁਹਾਡੇ ਨਾਲ ਪੜ੍ਹ ਕੇ ਸੁਣਾ ਰਹੇ ਹੈ, ਉਸ ਹਿਸਾਬ ਦੇ ਨਾਲ ਸਿਸਟਮ ਦੀ ਜੇ ਇਹੀ ਰਫ਼ਤਾਰ ਰਹਿੰਦੀ ਹੈ, ਇਸੇ ਤਰੀਕੇ ਨਾਲ ਬੈਕਅਪ ਮਿਲਦਾ ਰਹਿੰਦਾ ਹੈ, ਤਾਂ ਤੁਹਾਡਾ ਉਲਾਂਭਾ ਲੈ ਸਕਦਾ ਹੈ। ਪਰੰਤੂ ਬਹੁਤ ਜ਼ਿਆਦਾ ਉਮੀਦ ਹੈ ਕਿ ਐਤਰੀ ਸਿਸਟਮ ਧੋਖਾ ਨਹੀਂ ਦੇਵੇਗਾ। ਧੰਨਵਾਦ ਦੋਸਤੋ, ਮਿਹਰਬਾਨੀ ਦੋਸਤੋ।